ਅਸਲਾਮ ਵਾਲੇਕਮ ਜੀ ਸਿਆਸੀ ਡੇਰਾ ਤੇ ਖੁਸ਼ਮਦੀਦ ਤੇ ਹਜ਼ੂਰ ਅੱਜ ਇੱਕ ਬੜੀ ਬ੍ਰੇਕਿੰਗ ਨਿਊਜ਼ ਤੁਹਾਡਾ ਨਾਲ ਸ਼ੇਅਰ ਕਰਨੀ ਹੈ ਉਹ ਬ੍ਰੇਕਿੰਗ ਨਿਊਜ਼ ਇਹ ਵੇ ਕਿ ਸ਼ੌਕਤ ਖਾਨਮ ਜਿਹੜਾ ਹਸਪੀਟਲ ਹੈ ইমরান ਨਿਆਜ਼ੀ ਦਾ ਉਹਦੇ ਵਿੱਚ ਅਰਬਾਂ ਰੁਪਏ ਦੀ ਮਨੀ ਲਾਂਡਰਿੰਗ ਜਿਹੜੀ ਹੈ ਨਾ ਉਹ ਪਕੜੀ ਗਈ ਹੈ ਔਰ ਪ੍ਰੂਵ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਟੁਰੀਏ ਤੁਸੀਂ ਸਾਡਾ ਜਿਹਨਾਂ ਦੋਸਤਾਂ ਨੇ ਸਾਡਾ YouTube ਚੈਨਲ ਜਿਹੜਾ ਉਹ ਸਬਸਕ੍ਰਾਈਬ ਨਹੀਂ ਕੀਤਾ ਸਿਆਸੀ ਡੇਰਾ ਉਹ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਫੇਸਬੁੱਕ ਤੇ ਵੇਖ ਰਹੇ ਹੋ ਤੇ ਇਸ ਵੀਡੀਓ ਦੇ ਉੱਪਰ ਇੱਕ ਬਲੂ ਕਲਰ ਦਾ ਲਿੰਕ ਜਿਹੜਾ ਉਹ ਸੀ ਫੇਸਬੁੱਕ ਆਪਣਾ YouTube ਦਾ ਦਿੱਤਾ ਹੈ ਉੱਥੇ ਤੁਸੀਂ ਕਲਿੱਕ ਕਰਕੇ ਤੇ ਸਾਡਾ YouTube ਚੈਨਲ ਜਿਹੜਾ ਨਾ ਉਹ ਸਬਸਕ੍ਰਾਈਬ ਕਰ ਸਕਦੇ ਹੋ ਬੜੀ ਮਿਹਰਬਾਨੀ ਤੇ ਹਜ਼ੂਰ ਗੱਲ ਇਹ ਵੇ ਕਿ ਤੁਹਾਨੂੰ ਪਤਾ ਹੈ ਕਿ ਖਾਨ ਸਾਹਿਬ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਤੁਸੀਂ ਇੱਕ ਲਫ਼ਜ਼ ਬੜਾ ਤਵਾਤਰ ਨਾਲ ਸੁਣਦੇ ਰਹੇ ਹੋ ਉਹ ਲਫ਼ਜ਼ ਇਹ ਵੇ ਕਿ منی ਲਾਂਡਰਿੰਗ ਕਿ ਜਨਾਬ ਨਵਾਸ਼ ਸ਼ਰੀਫ منی ਲਾਂਡਰਿੰਗ ਕਰਦਾ ਸੀ ਜ਼ਰਦਾਰੀ منی ਲਾਂਡਰਿੰਗ ਕਰਦਾ ਸੀ ਫਲਾਣਾ منی ਲਾਂਡਰਿੰਗ ਕਰਦਾ ਸੀ ਯਾਨੀ ਕਿ ਇਮਰਾਨ ਖਾਨ ਸਾਹਿਬ ਨੇ ਇਨੀ ਕੁ ਬਕਵਾਸiat ਕੀਤੀ ਉਸ ਲਫ਼ਜ਼ ਦੇ ਬਾਰੇ ਉਸ ਲਫ਼ਜ਼ ਦੇ ਬਾਰੇ ਜਿਹਦਾ ਉਹਨੂੰ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਉਹ ਖੁਦ ਉਹ ਕੰਮ ਕਰ ਰਿਹਾ ਹੈ ਔਰ ਉਹ ਪ੍ਰੋਟੈਂਡ ਇਸ ਤਰ੍ਹਾਂ ਕਰ ਰਿਹਾ ਹੈ ਕਿ ਲੋਕਾਂ ਨੂੰ ਉਹਦਾ ਇਲਜ਼ਾਮ ਦੇ ਰਿਹਾ ਤੇ ਅੱਜ ਅੱਲਾਹ ਦੇ ਫਜ਼ਲੋ ਕਰਮ ਨਾਲ ਸ਼ੌਕਤ ਖਾਨਮ ਜਿਹੜਾ ਕੈਂਸਰ ਹਸਪੀਟਲ ਹੈ ਉਹਦੇ ਵਿੱਚ ਅਰਬਾਂ ਰੁਪਏ ਦੀ ਮਨੀ ਲਾਰਡਿੰਗ ਜਿਹੜੀ ਹੈ ਉਹ ਰੰਗੇ ਹੱਥੋਂ ਫੜੀ ਗਈ ਹੈ ਸਰਕਾਰ ਰੰਗੇ ਹੱਥੋਂ ਉਹ ਕਿਸ ਤਰ੍ਹਾਂ ਫੜੀ ਗਈ ਹੈ ਉਹ ਮੈਂ ਤੁਹਾਨੂੰ ਦੱਸਣਾ ਉਹ ਜਨਾਬ ਸ਼ੌਕਤ ਖਾਨਮ ਦੇ ਵਿੱਚ ਪੰਜ ਤੋਂ 6 ਜਿਹੜੇ ਮੁਲਾਜ਼ਮ ਸੀ ਨਾ ਕਲਰਕ ਕਲਰਕ ਹੋ ਗਿਆ ਕੋਈ ਡੇ ਬாய் ਹੋ ਗਿਆ ਕੋਈ ਜਿਹੜੇ ਤੁਹਾਡੇ ਨਹੀਂ ਹੁੰਦੇ ਆਪਣਾ ਰਿਸੈਪਸ਼ਨ ਤੇ ਮੁੰਡੇ ਹੋ ਗਿਆ ਕੰਪਿਊਟਰ ਤੇ ਜਿਹੜੇ ਮੁੰਡੇ ਹੋ ਗਿਆ ਜਾਂ ਕੋਈ ਜਿਹੜੇ ਪਰਚੀਆਂ ਕੱਟਦੇ ਨੇ ਉੱਥੇ ਇਸ ਤਰ੍ਹਾਂ ਦਾ ਜਿਹੜਾ ਪੰਜ ਪੰਜ 6 ਲੋਕਾਂ ਦਾ ਸਟਾਫ ਸੀ ਨਾ ਉਹਨਾਂ ਦੇ ਨਾਂ ਤੇ ਹੁੰਡੀ ਦੇ ਜ਼ਰੀਏ ਅਰਬਾ ਰੁਪਿਆ ਜਿਹੜਾ ਨਾ ਪਿਛਲੇ 10 12 14 ਸਾਲ ਦੇ ਵਿੱਚ ਉਹ ਸ਼ੌਕਤ ਖਾਨਮ ਦੇ ਨਾਂ ਤੇ ਉੱਥੇ ਆਇਆ ਔਰ ਉਹ ਕਰਦੇ ਫਿਰ ਕੀ ਸੀ ਖਾਨ ਸਾਹਿਬ ਕਿ ਉਹ ਜਿਹੜਾ ਪੈਸਾ ਨਾ ਉਹ ਮੁੰਡੇ ਕੀ ਕਰਦੇ ਸੀ ਉਹਨਾਂ ਦੇ ਨਾਂ ਤੇ ਪੈਸਾ ਆਂਦਾ ਸੀ ਔਰ ਉਹ ਪੈਸਾ ਜਿਹੜਾ ਉਹ ਫਿਰ ਆਪਣੇ ਆਪਣੇ ਬੈਂਕ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਸੀ ਉਸ ਤੋਂ ਬਾਅਦ ਫਿਰ ਜਿਹੜੇ ਖਾਨ ਸਾਹਿਬ ਨੇ ਮوصੂਫ ਇਹ ਉਹਨਾਂ ਨੂੰ ਜਿਹੜਾ ਕੈਸ਼ ਚੈੱਕ ਹੁੰਦਾ ਉਹ ਦੇ ਕੇ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਤੇ ਉਹ ਖਾਉ ਪੀਲੂ ਕਰ ਜਾਂਦੇ ਸੀ। ਯਾਨੀ ਕਿ ਜ਼ਕਾਤ, ਸਦਕਾਤ, ਖੈਰਾਤ ਦੇ ਨਾਂ ਤੇ ਜਿਹੜੀ ਡੋਨੇਸ਼ਨ ਬਾਹਰ ਦੇ ਆਮਲਕਾਂ ਦੇ ਵਿੱਚੋਂ ਆਂਦੀ ਸੀ ਸ਼ੌਕਤ ਖਾਨਮ ਹਸਪੀਟਲ ਆਸਤੇ ਲੋਕਾਂ ਦੇ ਇਲਾਜ ਆਸਤੇ ਉਹ ਅੱਧੀ ਜਿਹੜੀ ਪੇਮੈਂਟ ਹੈ ਨਾ ਉਹ ਹੁੰਦੀ ਤੇ ذਰੀਏ ਮਗਾਈ ਜਾਂਦੀ ਸੀ ਔਰ ਅੱਧੀ ਜਿਹੜੀ ਪੇਮੈਂਟ ਉਹ ਡਾਇਰੈਕਟ ਬੈਂਕ ਅਕਾਊਂਟ ਜਾਂਦੀ ਸੀ ਸ਼ੌਕਤ ਖਾਨਮ ਦੇ ਔਰ ਉਹ ਜਿਹੜੀ ਅੱਧੀ ਅਮਾਉਂਟ ਜਿਹੜੀ ਖਾਨ ਸਾਹਿਬ ਖਾਂਦੇ ਸੀ ਜਦੋਂ ਅਸੀਂ ਆਨੇ ਨਾ ਕਿ ਇਹ ਬੰਦਾ ਜ਼ਕਾਤ ਸਦਕਾਤ ਖੈਰਾਤ ਵੀ ਖਾ ਗਿਆ ਔਰ ਉਹਦੇ ਨਾਲ ਅਰਬਪਤੀ ਬਣ ਗਿਆ ਔਰ ਇਹਦੀਆਂ ਭੈਣਾਂ ਜਿਹੜੀਆਂ ਨੇ ਉਹਦੇ ਨਾਲ ਅਰਬ ਖਰਪਤੀ ਬਣ ਗਈਆਂ ਨੇ ਤੇ ਉਹ ਅੱਜ ਅਸੀਂ ਤੁਹਾਨੂੰ ਪ੍ਰੂਫ ਕਰ ਰਹੇ ਹਾਂ ਉਹ ਜਿਹੜੀ ਅੱਧੀ ਰਕਮ ਹੁੰਦੀ ਸੀ ਨਾ ਉਹ ਹੌਂਦੀ ਦੇ ਜ਼ਰੀਏ ਮਗਾਂਦਾ ਸੀ ਆਪਣੇ ਜਿਹੜੇ ਉੱਥੇ ਅਦਾਰੇ ਦੇ ਵਿੱਚ ਨੌਕਰ ਨੇ ਕਲਰਕ ਨੇ ਸਾਰੇ ਛੋਟੇ-ਛੋਟੇ ਮੁਲਾਜ਼ਮੀਆਂ ਉਹਨਾਂ ਦੇ ਨਾਵਾਂ ਤੇ ਉਹ ਮਗੋਂਦਾ ਸੀ ਫਿਰ ਉਹਨਾਂ ਕੋਲੋਂ ਕੈਸ਼ ਚੈੱਕ ਦੇ ਕੇ ਤੇ ਉਹ ਰਕਮ ਜਿਹੜੀ ਉਹ ਲੈ ਕੇ ਤੇ ਉਹ ਖਾ ਜਾਂਦਾ ਸੀ ਉਹ ਬਰਬਾਦ ਕਰ ਦਿੰਦਾ ਸੀ ਉਹ ਆਪਣੀਆਂ ਪ੍ਰਾਪਰਟੀਆਂ ਖਰੀਦਦਾ ਸੀ ਅਲੀਮਾਬਾਜੀ ਦੇ ਨਾਲ ਮਿਲ ਕੇ ਜੋ ਜੋ ਵੀ ਧੰਦੇ ਉਹ ਕਰਦਾ ਸੀ ਉਹ ਉਹਨੇ ਸ਼ੁਰੂ ਕਰ ਦਿੱਤੇ ਤੇ ਇਹ ਪ੍ਰੂਫ ਕਿਸ ਤਰ੍ਹਾਂ ਹੋਇਆ ਕਿ ਉੱਥੇ ਜਿਹੜਾ ਇੱਕ ਕਲਰਕ ਕੰਮ ਕਰਦਾ ਸੀ ਨਾ ਉਸ ਕਲਰਕ ਨੇ ਇਹਨਾਂ ਦਾ ਭਾਂਡਾ ਫੋੜਿਆ ਉਸ ਕਲਰਕ ਨੇ ਕੀ ਕੀਤਾ ਕਿ ਜਿੰਨੇ ਵੀ ਸਬੂਤ ਸੀ ਨਾ ਜਿੰਨੇ ਵੀ ਮੁਲਾਜ਼ਮੀਆਂ ਸੀ ਉਹਨਾਂ ਦੇ ਨਾਂ ਤੇ ਉਹ ਪੈਸਾ ਆ ਰਿਹਾ ਸੀ ਉਹਨਾਂ ਸਾਰਿਆਂ ਦੇ ਉਹਨੇ ਸਬੂਤ ਬੈਂਕ ਅਕਾਊਂਟ ਉਹਨਾਂ ਦੀਆਂ ਨੈਸ਼ਨਲਿਟੀ ਕਾਰਡ ਦੀਆਂ ਕਾਪੀਆਂ ਔਰ ਸਾਰਾ ਜਿਹੜਾ ਉਹਨਾਂ ਦਾ ਰਿਕਾਰਡ ਸੀ ਹੁੰਦੀ ਦੇ ذریعے ਜਿਹੜੇ ਪੈਸੇ ਉਹਨਾਂ ਨੂੰ ਆਏ ਸੀ ਔਰ ਫਿਰ ਉਹ ਬੈਂਕਾਂ ਆਪਣਾ ਜਮ੍ਹਾਂ ਕਰਾਉਂਦੇ ਸੀ ਉਹ ਸਾਰਾ ਰਿਕਾਰਡ ਜਿਹੜਾ ਨਾ ਉਹ ਜਿਹੜਾ ਇੱਕ ਕਲਰਕ ਨਾ ਉਸ ਕਲਰਕ ਨੇ ਇਕੱਠਾ ਕਰਕੇ ਤੇ ਇਸਲਾਮਾਬਾਦ ਦੇ ਵਿੱਚ ਦੇ ਦਿੱਤਾ ਅਕਬਰ ਐਸ ਬਾਬਰ ਨੂੰ ਜਦੋਂ ਉਹਨੇ ਉਹ ਸਾਰਾ ਕੁਝ ਦੇ ਕੇ ਅਕਬਰ ਅਸ ਬਾਬਰ ਨੂੰ ਉਹ ਦੇ ਦਿੱਤਾ ਤੇ ਉਹ ਬੰਦਾ ਜਿਹੜਾ ਉਹਨੇ ਪਾਕਿਸਤਾਨ ਛੱਡ ਦਿੱਤਾ ਤੁਰਕੀ ਦੇ ਰਸਤੇ ਉਹਨੇ ਯਾਨੀ ਕਿ ਪਾਕਿਸਤਾਨ ਤੋਂ ਨਿਕਲਿਆ ਤੁਰਕੀ ਗਿਆ ਔਰ ਤੁਰਕੀ ਤੋਂ ਉਹ ਬਾਰਡਰ ਕਰਾਸ ਕਰਦਾ ਕਰਦਾ ਜਾਂ ਜਿਸ ਤਰ੍ਹਾਂ ਵੀ ਉਹ ਬੰਦਾ ਇਸ ਟਾਈਮ ਜਰਮਨੀ ਦੇ ਵਿੱਚ ਮੌਜੂਦ ਹੈ ਉੱਥੇ ਉਹਨੇ ਅਸਾਇਲਮ ਕਰ ਲਿਆ ਤੇ ਇਸ ਟਾਈਮ ਜਿਹੜੀ ਮੌਜੂਦਾ ਸੁਰਤ ਹਾਲ ਹੈ ਉਹਦੀ ਫੈਮਿਲੀ ਜਿਹੜੀ ਉਹ ਬਿਲਕੁਲ ਬੜਾ ਅੰਡਰ ਥ੍ਰੈਟ ਹੈ ਔਰ ਜਰਮਨੀ ਤੱਕ ਵੀ ਉਹਦਾ ਪਿੱਛਾ ਕੀਤਾ ਜਾ ਰਿਹਾ ਹੈ ਔਰ ਉਹਨੂੰ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਹ ਜਰਮਨ ਹਕੂਮਤ ਦੀ ਕਸਟਡੀ ਦੇ ਵਿੱਚ ਹੈ ਅਸਾਈਲਮ ਦੇ ਵਿੱਚ ਲਿਆਦਾ ਉਹਨੂੰ ਜਰਮਨੀ ਵਿੱਚ ਫਿਲਹਾਲ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਲੇਕਿਨ ਉਹਦੀ ਜਿਹੜੀ ਫੈਮਿਲੀ ਹੈ ਪਾਕਿਸਤਾਨ ਵਿੱਚ ਉਹਨਾਂ ਦੇ ਨਾਲ ਬੜਾ ਬੁਰਾ ਹਾਲ ਕੀਤਾ ਜਾ ਰਿਹਾ ਇਹ ਗੱਲ ਹਜੇ ਤੱਕ ਮੀਡੀਆ 'ਚ ਨਹੀਂ ਆਈ ਪਿਛਲੇ ਹਫਤੇ 10 ਦਿਨ ਪਹਿਲੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਲਰੇਡੀ ਇੱਕ ਕੇਸ ਚੱਲ ਰਿਹਾ ਹੈ ਅਕਬਰ ਐਸ ਬਾਬਰ ਦਾ ਔਰ ਅਕਬਰ ਅਸਬਾਬਰ ਨੇ ਨਾਲ ਇੱਕ ਜ਼ਿਮਨੀ ਕੇਸ ਵੀ ਪਾ ਦਿੱਤਾ ਕਿ ਸਰਕਾਰ ਇਹ ਉਹ ਸਬੂਤ ਚੈੱਕ ਕਰੋ ਜਿਹੜੇ ਪਹਿਲੇ ਮੈਂ ਨਹੀਂ ਜਮ੍ਹਾਂ ਕਰਾਏ ਇਹ ਉਹਨਾਂ ਦੇ ਹੁੰਡੀ ਦੇ ذریعے ਪੈਸੇ ਅਰਬਾਂ ਰੁਪਏ ਆਏ ਨੇ ਇਹ ਮੁਲਾਜ਼ਮੀਨਾਂ ਦੇ ਨਾਂ ਤੇ ਆਏ ਨੇ ਇਹ ਇਥੋਂ ਕਢਾ ਕੇ ਤੇ ਖਾਨ ਸਾਹਿਬ ਜਿਹੜੇ ਨੇ ਉਹ ਖਾਂਦੇ ਰਹੇ ਨੇ ਉਹ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਇਮਰਾਨ ਖਾਨ ਦੇ ਵਕੀਲਾਂ ਨੂੰ ਬੁਲਾਇਆ ਉਹਨਾਂ ਬੁਲਾ ਕੇ ਉਹਨਾਂ ਕਿਹਾ ਕਿ ਹਾਂ ਵੀ ਇਹ ਕੀ ਹੈ ਉਹਨਾਂ ਨੇ ਫਿਰ 2 ਦਿਨ ਦਾ ਟਾਈਮ ਮੰਗਿਆ 2 ਦਿਨ ਦਾ ਟਾਈਮ ਮੰਗਣ ਤੋਂ ਬਾਅਦ ਦੁਬਾਰਾ ਵਾਪਸ ਆਏ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਇਹ ਕਬੂਲ ਕਰਨੇ ਆ ਇਹ ਜੋ ਕੁਝ ਤੁਸੀਂ ਕਹਿ ਰਹੇ ਹੋ ਇਹ ਠੀਕ ਹੈ ਤੇ ਇਹਦੇ ਖਿਲਾਫ ਅਸੀਂ ਕੋਈ ਅਗੋਂ ਦਰਖਾਸਤ ਨਹੀਂ ਦੇ ਸਕਦੇ ਇਹ ਹੁਣ ਤੁਹਾਡੇ ਸਵਾਬ ਦੀ ਦੇ ਕੇ ਤੁਸੀਂ ਕੀ ਫੈਸਲਾ ਕਰਦੇ ਤੇ ਹਜ਼ੂਰ ਅਰਬਾ ਰੁਪਈਆ ਦੀ ਮਨੀ ਲਾਂਡਰਿੰਗ ਸ਼ੌਕਤ ਖਾਨਮ ਦੀ ਉਹ ਰੰਗੇ ਹੱਥੋਂ ਫੜੀ ਜਾ ਚੁੱਕੀ ਇਲੈਕਸ਼ਨ ਕਮਿਸ਼ਨ ਦੇ ਵਿੱਚ Imran Khan ਨੇ ਕਬੂਲ ਕਰ ਲਈ ਕਿ ਹਾਂਜੀ ਇਹ ਮੇਰੇ ਮੁਲਾਜ਼ਮੀਆਂ ਸੀ ਮੇਰੇ ਸ਼ੌਕਤ ਖਾਨਮ ਦੇ ਮੁਲਾਜ਼ਮੀਆਂ ਸੀ ਜਿਹਦੇ ਉੱਤੇ ਜ਼ਕਾਤ ਔਰ ਸਰਕਾਰ ਦਾ ਫੰਡ ਜਿਹੜਾ ਉਹ ਹੁੰਦੀ ਦੇ ਜ਼ਰੀਏ ਆਂਦਾ ਸੀ ਔਰ ਉਹ ਮੈਂ ਖਾ ਜਾਂਦਾ ਹੁੰਦਾ ਸੀ ਲਿਹਾਜ਼ਾ ਹੁਣ ਤੁਹਾਡੀ ਸਵਾਬਦੀ ਦੇ ਕਿ ਇਹਤੇ ਫੈਸਲਾ ਕਰ ਦਿਓ ਤੇ ਫੈਸਲਾ ਸਰਕਾਰ ਕੌਣ ਕਰਦਾ ਇਹ ਫੈਸਲਾ ਹਜੇ ਫਿਰ ਇੱਕ ਨਾ ਇੱਕ ਦਿਨ ਤੇ ਫੈਸਲਾ ਹੋਏਗਾ ਨਾ ਫਿਰ ਹਾਲਤ ਇਲੈਕਸ਼ਨ ਕਮਿਸ਼ਨ ਤੇ ਸਾਨੂੰ ਇਹ ਉਮੀਦ ਨਹੀਂ ਕਿ ਇਹਦੇ ਉੱਤੇ ਇਹ ਫੈਸਲਾ ਕਰਨ ਲੇਕਿਨ ਹੋ ਸਕਦਾ ਹੈ ਉਹਨਾਂ ਨੂੰ ਕੋਈ ਗੈਰਤ ਆ ਜਾਏ ਕੋਈ ਹਯਾ ਆ ਜਾਏ ਕੋਈ ਸ਼ਰਮ ਆ ਜਾਏ ਤੇ ਅਗਲੇ ਚੰਨ ਮਹੀਨਿਆਂ ਦੇ ਵਿੱਚ ਇਸ ਕੇਸ ਦੇ ਉੱਤੇ ਫੈਸਲਾ ਦੇ ਦੇਣ ਕਿਉਂਕਿ ਇਹ ਉਹ ਐਸਾ ਕੇਸ ਹੈ ਜਿਹੜਾ ਉਹ ਕਬੂਲ ਕਰ ਚੁੱਕਿਆ ਕਿ ਹਾਂਜੀ ਇਹਦੇ ਤੇ منی ਲਾਂਡਰਿੰਗ ਹੋਈ ਹੈ ਇਨ ਮਜ਼ਦਮੀਆਂ ਤੇ ਪੈਸੇ ਆਏ ਨੇ ਮੇਰੇ ਔਰ ਅਸੀਂ ਉਹ ਖਾ ਪੀ ਗਏ ਉਹਦੀਆਂ ਜਾਇਦਾਦਾਂ ਬਣਾ ਲਈਆਂ ਨੇ ਲਿਆਦਾ ਕੋਈ ਹਿਸਾਬ ਨਹੀਂ ਆ ਤੇ ਲਿਆਦਾ ਪਾਕਿਸਤਾਨੀਓ ਇਹ ਸ਼ਖਸ ਸੁਬਾ ਸ਼ਾਮ ਪਾਕਿਸਤਾਨ ਦੀ ਕਿਆਦਤ ਦੇ ਉੱਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਲਾਂਦਾ ਸੀ ਉਹਨਾਂ ਦੀ ਤੇ ਕਿਦਰੇ ਵੀ ਸਾਬਤ ਨਹੀਂ ਹੋਈ ਲੇਕਿਨ ਇਹ ਬੰਦਾ ਖੁਦ ਸਾਬਤ ਹੋ ਗਿਆ ਔਰ ਖੁਦ ਨੇ ਕਬੂਲ ਕਰ ਲਿਆ ਔਰ ਪਾਕਿਸਤਾਨੀ ਆਵਾਮ ਦੇ ਸਾਹਮਣੇ ਖੁਦ ਨੰਗਾ ਹੋ ਗਿਆ ਇਸ ਵਾਸਤੇ ਸਿਆਣਿਆਂ ਨੇ ਕਿ ਕਿਸੇ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲੇ अपने गलमें के झांक ला चाहिए जोड़ा कि खान साहब ने कदे नहीं झाकया और जिन्ने भी इल्जाम यने मुखालफीनते लाते हैं अज उस सारे इल्जाम अल्लाह के फजल नाल इस इमरान न्याजी के उत्ते सबत हो चुके ने। और झूठा सबत हो चुके ये मनी लांडरिंग करने वाला सबत हो चुकया तो लगता पाकिस्तानियों ये खिलाफ आईन के दायरे च रह के उठ खड़े हो जो अगर तुम अपने बच्चों का मुस्कबिल जड़ा पाकिस्तान जिंदाबाद